ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਨਿਜਾਤ ਦਿਵਾਉਣ ਲਈ ਵੱਡੇ ਪੱਧਰ ਤੇ ਚਲਾਈ ਗਈ ਡੈਪੋ ਮੁਹਿੰਮ ਤਹਿਤ ਯਤਨ ਕੀਤੇ ਜਾ ਰਹੇ ਨੇ। ਇਸੇ ਕੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ ਵਿਖੇ ਗਰਾਊਂਡ ਲੈਵਲ ਟ੍ਰੇਨਰ ਵੱਲੋਂ ਕਲਸਟਰ ਪੱਧਰੀ ਟ੍ਰੇਨਿੰਗ ਦਿੱਤੀ ਗਈ ਹੈ, ਜਿਸ ਦੌਰਾਨ ਗਰਾਊਂਡ ਲੈਵਲ ਟ੍ਰੇਨਰ ਕੁਲਵਿੰਦਰ ਸਿੰਘ ਪਾਦੜਾ, ਚਮਕੌਰ ਸਿੰਘ ਪਾਦੜਾ ਤੇ ਸਿਮਰਜੀਤ ਕੌਰ ਵੱਲੋਂ ਨਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਬਰੇਡਾ ਤੋਂ ਜਗਦੀਸ਼ ਗੋਇਲ ਦੀ ਰਿਪੋਰਟ, ਚੈਨਲ 2।